ਤਾੜੀ ਦੇ ਲਈ ਜੀ। ਵੈਸੇ ਵਿਆਹ ਸ਼ਾਦੀ ਦੇ ਪ੍ਰੋਗਰਾਮਾਂ ਦੇ ਵਿੱਚ ਤਾੜੀ ਦੀ ਉਮੀਦ ਅਸੀਂ ਘੱਟ ਹੀ ਰੱਖਦੇ ਹੁੰਦੇ ਹਾਂ। ਥੈਂਕ ਯੂ ਸੋ ਮਚ ਜਿਉਂਦੇ ਵੱਸਦੇ ਰਹੋ, ਪਰ ਕਿਉਂਕਿ ਵਿਆਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਜ਼ਿਆਦਾਤਰ ਸਭ ਖਾਣ ਪੀਣ 'ਚ ਰੁੱਝੇ ਹੁੰਦੇ ਆ, ਔਰ ਲੇਡੀਜ਼ ਆਪਣੇ ਸੂਟਸ ਵਗੈਰਾ ਡਿਸਕਸ ਕਰਨ 'ਚ ਲੱਗੀਆਂ ਹੁੰਦੀਆਂ, ਕਿੰਨਾ ਦਾ ਜੀ? ਅੱਛਾ, ਦੁੱਲੇ ਦੇ ਮੰਮਾ ਜੀ ਉਹਨਾਂ ਦਾ ਫੇਵਰੇਟ। ਬਹੁਤ ਮਿਹਰਬਾਨੀ ਜੀ, ਮੈਂ ਖੁਸ਼ਕਿਸਮਤ ਹਾਂ ਕਿ ਤੁਸੀਂ ਇੰਨੇ ਸਾਫ਼ ਸੁਥਰੇ ਖੂਬਸੂਰਤ ਗੀਤਾਂ ਦੇ ਡਾਂਸ ਕਰ ਰਹੇ ਹੋ ਜੀ। ਗੀਤ ਉਹ ਹੈ ਜਿਹੜਾ ਅਸੀਂ ਆਪਣੇ ਬੱਚਿਆਂ ਨਾਲ, ਧੀਆਂ ਪੁੱਤਾਂ ਦੇ ਨਾਲ, ਮਾਂ ਬਾਪ ਦੇ ਨਾਲ ਸੁਣ ਸਕੀਏ, ਨੱਚ ਟੱਪ ਸਕੀਏ। ਸੋ ਆਹ ਸੋਹਣਿਆਂ ਵਿੱਚ ਜਾ ਕੇ ਜਿਉਂਦਿਆਂ ਹੁਣ ਫੋਟੋ ਦੇ ਪੈਸੇ ਲੱਗਣਗੇ ਜੀ। ਤੁਸੀਂ ਤਾਂ ਮੈਂ ਤਾਂ ਡਬਲ ਕੰਮ ਲੈਣ ਲੱਗ ਗਏ, ਪੇਮੈਂਟ ਗਾਉਣ ਦੀ ਦੇ ਨਾਲ ਫੋਟੋ ਲਿਖ ਜਾਓ ਜ਼ਰੂਰ। ਯਾਦਾਂ ਨੇ ਮਾਨਾ ਮਰ ਜਾਣਾ ਹੋਵੇ, ਪਿੱਛੇ ਯਾਦਾਂ ਰਹਿ ਜਾਣਗੀਆਂ, ਖੂਬਸੂਰਤ ਯਾਦਾਂ ਹੈ ਜੀ। ਬਾਅਦ ਚ ਹੁਣ ਹੀ ਲਓ ਛੋਟੇ ਵੀਰ ਦੀ ਚੀਜ਼, ਤੁਹਾਡੀ ਫਰਮਾਇਸ਼ ਆ। ਅੱਜ ਸੱਜਣ ਜਲੰਧਰ ਤੋਂ ਤਾਂ ਨੀ ਆਉਂਦੀ ਕਾਲ ਕਦੇ ਕਦੇ? ਅੱਛਾ ਅੱਛਾ ਜੀ, ਕਮਾਲ ਆ, ਹੁਣ ਤੱਕ ਤੁਸੀਂ ਚੋਰੀ ਫੜੀ ਨੀ। ਅੱਜ ਸੱਜਣਾ ਦੀ ਆਈ ਹੈ ਸਾਨੂੰ ਕਾਲ ਜਲੰਧਰ ਤੋਂ, ਮੁੱਦਤ ਮਗਰੋਂ ਪੁੱਛਿਆ ਉਹਨਾਂ ਹਾਲ ਜਲੰਧਰ ਤੋਂ। ਇੰਜੋਏ ਕਰੋ ਜੀ, ਡਾਂਸ ਕਰੋ। ਥੈਂਕ ਯੂ ਸੋ ਮਚ, ਬੜੀ ਜ਼ੋਰ ਨਾਲ ਤਾੜੀਆਂ ਖੁਦ ਨੂੰ ਚੋਰੀ ਦੇ ਲਈ, ਆਪਣੇ ਲਈ, ਸਾਡੇ ਲਈ, ਜਿਉਂਦੇ ਵਾਸਤੇ।
Yeah, I'm gonna make it.
ਇੱਕ ਬਹੁਤ ਖੂਬਸੂਰਤ ਗਾਣਾ, ਬੜਾ ਪੁਰਾਣਾ ਗਾਣਾ ਪੰਜਾਬ ਦਾ, ਦੋ ਬੋਲ ਵੀ ਜ਼ਰੂਰ ਸੁਣੇ ਹਰ ਘਰ ਦੇ ਵਿੱਚ, ਚਾਹੇ ਉਹ ਘਰ ਓਬਾਮਾ ਦਾ ਘਰ, ਮੋਦੀ ਸਾਹਿਬ ਨੂੰ ਤਾਂ ਮੌਜ ਆ, ਬਾਕੀ ਦੁਨੀਆ ਦਾ ਜੋ ਮਰਜ਼ੀ ਜਿੰਨਾ ਮਰਜ਼ੀ ਤੱਕ, ਪਰ ਬੰਦਾ ਕੋਈ ਵੀ ਪਾਵਰਫੁਲ ਬੰਦਾ ਘਰ ਵਾਲੀ ਤੋਂ ਸਾਰੇ ਚੱਲਦੇ ਆ, ਸਭ ਡਰਦੇ ਆ। ਹਰ ਘਰ ਦੇ ਵਿੱਚ ਮਾੜੀ ਮੋਟੀ ਤੂੰ ਤੂੰ ਮੈਂ ਭਾਂਡੇ ਖੜਕਦੇ ਆ ਜੀ, ਅਗਰੀ। ਪਰ ਮੇਰੇ ਉਸਤਾਦ ਬਾਪੂ ਜੀ ਪਾਰ ਸਾਹਿਬ ਕਹਿੰਦੇ ਹੁੰਦੇ ਸੀ ਵੀ ਜਿਹੜੇ ਭਾਂਡੇ ਖੜਕਦੇ ਆ ਉਹਨਾਂ ਦੀ ਆਵਾਜ਼ ਆ ਜਿਹੜੀ ਉਹ ਰਸੋਈ ਤੱਕ ਸੁਣਾਈ ਦੇਣੀ ਚਾਹੀਦੀ ਹੈ, ਜੀ ਟੀ ਰੋਡ ਤੱਕ ਸੁਣਾਈ ਨਹੀਂ ਦੇਣੀ ਚਾਹੀਦੀ, ਫਿਰ ਗੜਬੜਾ ਮਾਮਲਾ। ਅਕਸਰ ਮੀਆਂ ਬੀਬੀ ਦੀ ਛੋਟੀ ਛੋਟੀ ਨੋਕ ਝੋਕ, ਬਾਬੂ ਸਿੰਘ ਮਾਨ ਸਾਹਿਬ ਮਰਾੜਾ ਵਾਲੇ ਦੀ ਕਲਮ, ਮੰਮ ਸਦੀਕ ਰਣਜੀਤ ਕੌਰ, ਔਰ ਮੇਰਾ ਵਨ ਆਫ ਮਾਈ ਫੇਵਰੇਟ ਸੌਂਗ ਬਚਪਨ ਤੋਂ, ਉਹਦੇ ਦੋ ਬੋਲਤਾਂ ਨੂੰ ਸੁਣਾਉਣਾ। ਮੀਆਂ ਬੀਬੀ ਦੇ ਸਵਾਲ ਜਵਾਬ ਜ਼ਰਾ ਸੁਣੋ। ਰੋਜ਼ ਦੀ ਲੜੋ ਲੜਾ, ਰੋਜ਼ ਦੀ ਲੜੋ ਲੜਾ, ਜਲਦੀ ਨਾ ਚੱਲੀ ਰੇ, ਆ ਲੈ ਫੜ ਚਾਬੀ ਕਰਦੀ, ਆ ਲੈ ਮੈਂ ਚੱਲੀ ਰੇ, ਆ ਲੈ ਫੜ ਚਾਬੀ ਕਰਦੀ, ਆ ਲੈ ਮੈਂ ਚੱਲੀ ਰੇ, ਚੱਲੀ ਤਾਂ ਕੋਈ ਨਹੀਂ ਜਵਾਬ ਕੀ ਦਿੰਦਾ ਵਿਚਾਰਾ। ਨਾ ਜੋ ਦੱਸ ਕਿਹੜੀ ਗੱਲੋਂ ਹੱਸ ਕੇ ਨਾ ਬੋਲਦੀ, ਹੱਸ ਕੇ ਨਾ ਬੋਲੇ ਕੁੰਡੀ, ਦਿਲ ਦੀ ਨਾ ਖੋਲਦੀ, ਇਹ ਗੱਲ ਪੁੱਛਾਂ ਕੇ ਮੈਂ ਮੈਨੂੰ ਕੀ ਗਲਤੀ ਹੋ ਗਈ, ਮੀਨਾ ਜੋ ਰਾਣੀਏ, ਇਹ ਗੱਲ ਪੁੱਛਾਂ ਕੇ ਮੈਂ ਸਕਦੀ ਰਹੇ, ਕਾਸ਼ ਕੇ ਲੋਕਾਂ ਨੂੰ
ਨਾ ਕਹਿ ਸਕਦੀ ਦੇਖੋ ਮੈਂ ਵੀ ਕਿਸੇ ਦੀ ਕੁਛ ਪਿਆਰ ਦੇ ਰਹੇ ਹੋ ਜੀ। ਗਿੱਧਾ ਭੰਗੜਾ ਪੰਜਾਬੀਆਂ ਦੀ ਜਿੰਦ ਜਾਨ ਹੈ, ਸਾਡੀ ਆਈਡੈਂਟੀ, ਸਾਡੀ ਪਹਿਚਾਣ ਹੈ। ਕਿਹੜਾ ਸੱਪਾਂ ਨੂੰ ਸਿਖਾਉਂਦਾ ਡੰਗ ਮਾਰਨੇ, ਕਿਹੜੇ ਸ਼ੇਰਾਂ ਨੂੰ ਸਿਖਾਇਆ, ਕਿਹੜੇ ਕਰੀ ਦਾ ਸ਼ਿਕਾਰ ਜੱਟ ਪੰਜਾਬੀਆਂ ਨੂੰ, ਸੂਰਬੀਰ ਪੰਜਾਬੀਆਂ ਨੂੰ ਕਿਹਨੇ ਸਿਖਾਇਆ? ਪਰ ਲਾਲਾ ਲਾਲਾ ਚੰਗੀ ਨਹੀਂ ਹੁੰਦੀ। ਸੋ ਕਿਹੜਾ ਸੱਪਾਂ ਨੂੰ ਸਿਖਾਉਂਦਾ ਡੰਗ ਮਾਰਨੇ। ਥੈਂਕ ਯੂ ਸੋ ਮੱਚ ਦੁਨੀਆਂ ਭਰ 'ਚ ਜਿੱਥੇ ਬੈਠੇ ਹੋ ਪੰਜਾਬੀ, ਉਹ ਜਿਉਂਦੇ ਵੱਸਦੇ ਰਹੋ। ਹੁਣ ਫ੍ਰੀ 'ਚ ਇੰਨਾ ਬਹੁਤ ਹੈ।